ਜਿਹੜੀ ਅੱਜ ਤੁਹਾਨੂੰ ਇੰਟਰਵਿਊ ਦਿਖਾਈ ਜਾ ਰਹੀ ਆ ਨਾ, ਆ ਸੋਸ਼ਲ ਮੀਡੀਆ 'ਤੇ ਘੁੰਮਦੀ ਆ ਕਿ ਫੂਲਕਾ ਨੇ ਕਿਹਾ ਸਿੰਬੋਲਿਕ ਜਸਟਿਸ ਕਰਨਾ ਚਾਹੀਦਾ। ਕਹਿੰਦੀ ਸਿੰਬੋਲਿਕ ਜਸਟਿਸ ਕਿਉਂ? ਉਹ ਇੰਟਰਵਿਊ 2 ਸਾਲ ਪੁਰਾਣੀ ਆ, ਉਦੋਂ ਪਹਿਲਾ ਸੈਂਟੈਂਸ ਦੇਖ ਲਓ ਕੀ ਆ। ਉਹਨਾਂ ਨੇ ਮੇਰੇ ਕੋਲ ਸਵਾਲ ਪੁੱਛਿਆ ਸੀ ਵੀ ਕਿੰਨੀ ਦੇਰ ਤੁਸੀਂ 84 ਨੂੰ ਚਲਾਈ ਜਾਓਗੇ, ਵੀ ਲੋਕ ਇਹ ਕਹਿੰਦੇ ਆ ਵੀ ਕਦੇ ਤਾਂ ਐਂਡ ਹੋਣਾ ਚਾਹੀਦਾ, ਕਦੇ ਤਾਂ ਖਾਤਮਾ ਹੋਣਾ ਚਾਹੀਦਾ, ਕਦੇ ਤਾਂ ਇਹਦੀ ਕਲੋਜ਼ਰ ਹੋਣੀ ਚਾਹੀਦੀ ਆ। ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਕਲੋਜ਼ਰ ਫੇਲੋਰ ਨਾਲ ਨਹੀਂ ਹੋਣੀ ਚਾਹੀਦੀ। ਠੀਕ ਹੈ, ਅੱਜ ਕੰਪਲੀਟ ਜਸਟਿਸ ਨਹੀਂ ਮਿਲ ਸਕਦਾ, ਮੈਨੂੰ ਵੀ ਪਤਾ ਹੈ, ਬਟ ਕਮ ਸੇ ਕਮ ਸਿੰਬੋਲਿਕ ਜਸਟਿਸ ਤੋਂ ਮਿਲੇ। ਕਹਿੰਦੇ ਜੀ ਭੱਜ ਗਿਆ। ਦੇਖੋ, ਅੱਜ ਹੀ ਮੈਂ ਇੱਕ ਮੀਡੀਆ ਦੇ ਵਿੱਚ ਕਹਿ ਰਿਹਾ ਸੀ ਕੰਪਲੀਟ ਜਸਟਿਸ ਕੀ ਹੁੰਦਾ, ਜਿੰਨੇ ਬੰਦਿਆਂ ਨੇ ਆ ਕੇ ਜੁਰਮ ਕੀਤਾ ਸਾਰਿਆਂ ਨੂੰ ਸਜ਼ਾ ਮਿਲੇ। 3000 ਦਿੱਲੀ ਦੇ ਵਿੱਚ ਫਿਗਰ ਆ, ਸਰਕਾਰੀ ਅੰਕੜੇ ਆ ਕਿ 3000 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਪੂਰੀ ਤਰ੍ਹਾਂ ਮਾਰਿਆ ਗਿਆ। ਕਿੰਨੇ ਲੋਕਾਂ ਨੇ ਮਾਰਿਆ ਹੋਊਗਾ ਜੀ ਦੱਸੋ? ਕੋਈ 5000, 7000, 10000, ਚਲੋ 4-5000 ਤਾਂ ਹੋਣਗੇ ਹੀ ਨਾ ਜਿਹੜੇ ਮਾਰਨ ਵਾਲੇ। ਸਾਰੀ ਦਿੱਲੀ ਵਿੱਚ ਘੁੰਮ ਰਹੇ ਸੀ, ਸਾਰੀ ਦਿੱਲੀ 'ਚ ਘੁੰਮ ਰਹੇ ਸੀ। ਉਹ ਜੇ 4-5000 ਵੀ ਸੀਗੇ ਨਾ, ਕੰਪਲੀਟ ਜਸਟਿਸ ਉਹ ਆ ਉਹ 4-5 ਹਜ਼ਾਰਾਂ ਨੂੰ ਟੋਟਲ ਨੂੰ ਸਜ਼ਾ ਮਿਲੇ। ਅੱਜ ਉਹਨਾਂ 'ਚੋਂ ਅੱਧਿਆਂ ਤੋਂ ਜ਼ਿਆਦਾ ਮਰ ਚੁੱਕੇ ਨੇ, ਅੱਧਿਆਂ ਤੋਂ ਜ਼ਿਆਦਾ ਗਵਾਹ ਸਾਡੇ ਇਸ ਦੁਨੀਆ ਵਿੱਚ ਨਹੀਂ ਹਨ। ਅੱਜ ਕਿਹੜੇ ਕੰਪਲੀਟ ਜਸਟਿਸ ਦੀ ਤੁਸੀਂ ਗੱਲ ਕਰ ਰਹੇ ਹੋ ਜੀ? ਇਹ ਸਵਾਲ ਕਰਨ ਵਾਲੇ ਲੋਕ ਜਿਹੜਾ ਉਹ ਦੱਸਣ ਕਿ ਕਿਹੜੀ ਉਹਨਾਂ ਕੋਲ ਤਰੀਕਾ ਹੈ ਜਿਹਦੇ ਨਾਲ ਉਹ ਜਿਹੜੇ ਉੱਪਰ ਚਲੇ ਗਏ ਜਾ ਕੇ ਉਹਨਾਂ ਨੂੰ ਸਜ਼ਾ ਦਵਾਉਣਗੇ। ਇਹ ਸੁਖਬੀਰ ਬਾਦਲ ਨੇ ਗੱਲ ਸ਼ੁਰੂ ਕੀਤੀ ਸੀ, ਅਕਾਲੀ ਦਲ ਨੇ ਸ਼ੁਰੂ ਕੀਤੀ ਸੀ, ਹੁਣ ਜਿਹਨਾਂ ਨੇ ਚੁੱਕੀ ਆ ਨਾ ਉੱਥੋਂ ਪਤਾ ਚੱਲਦਾ ਕਿ ਅੰਦਰੋਂ ਸਾਰੇ ਆਪਸ 'ਚ ਮਿਲੇ ਹੋਏ ਆ। ਮੈਂ ਕਿਹਾ ਸੀ ਕਿ ਜੀ ਸੁਖਬੀਰ ਬਾਦਲ ਨੂੰ ਕਹੋ ਭਾਈ ਜਿਹੜੇ ਇੱਥੇ ਬੈਠੇ ਆ ਨਾ, ਮੈਂ ਤਾਂ ਉਹਨਾਂ ਦੇ ਖਿਲਾਫ ਹੀ ਕੇਸ ਲੜ ਸਕਦਾ, ਉਹਨਾਂ ਨੂੰ ਸਜ਼ਾ ਦਵਾ ਸਕਦਾ। ਜਿਹੜੇ ਉੱਪਰ ਚਲੇ ਗਏ ਉਹਨਾਂ ਨੂੰ ਭਾਈ ਤੂੰ ਚਲਾ ਜਾ ਕੇ ਦਵਾ ਲਾ। ਅੱਜ ਦਾ ਸਰਪ੍ਰਾਈਜ਼ ਵੇਖਣ ਤੋਂ ਬਾਅਦ ਪੂਰੀ ਦੁਨੀਆ ਨੂੰ ਅਸਲੀ ਪਿਆਰ ਦਾ ਪਤਾ ਚੱਲ ਜਾਏਗਾ। ਅਸਲੀ ਪਿਆਰ ਯਾਨੀ ਫਾਈਬਰਟੈਕ ਕੁਆਲਿਟੀ ਪ੍ਰੋਡਕਟਸ, ਬਿਹਤਰੀਨ ਡਿਜ਼ਾਈਨਸ। ਕੀ ਗੱਲ ਹੈ, ਅੱਜ ਫਾਈਬਰਟੈਕ ਤੋਂ ਕਿਚਨ ਸਿੰਕ ਘਰ ਲੈ ਕੇ ਜਾਣਾ ਜਾਂ ਫਿਰ ਸੁਪਨੇ ਦੇਖੀ ਜਾਣੇ? Fibertech Distributors serves all across North America. 604-507-2199 fibertechbc.ca. ਕਿਸੇ ਵੀ ਇੰਜਰੀ ਨੂੰ ਠੀਕ ਕਰਨ ਦੇ ਕਈ ਤਰੀਕੇ ਹੋ ਸਕਦੇ ਨੇ, ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਅਤੇ ਇਫੈਕਟਿਵ ਇਲਾਜ ਲੱਭਣਾ ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਏਪੈਕਸ ਫਿਜ਼ੀਓਥੈਰੇਪੀ 'ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਅਤੇ ਡਾਇਗਨੋਸਿਸ ਕਰਨ ਤੋਂ ਬਾਅਦ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਦੇ ਹਾਂ। ਇੰਜਰੀ ਕੇ ਬਾਅਦ ਸਰੀਰ ਕੇ ਕੁਝ ਜੋੜ ਪੂਰੀ ਤਰ੍ਹਾਂ ਮੂਵ ਨਹੀਂ ਕਰਦੇ ਜਾਂ ਡਿਸਕ ਦਬ ਜਾਂਦੀ ਹੈ, ਜਿਹਨੇ ਹਮ ਮੋਬਲਾਈਜ ਮੈਨੀਪੂਲੇਟ ਜਾਂ ਅਟ੍ਰੈਕਸ਼ਨ ਸੇ ਠੀਕ ਕਰ ਸਕਦੇ ਹਾਂ। ਇੰਜਰੀਜ਼ ਕੈਨ ਕਾਜ਼ ਇਨਕਰੀਸ ਸੈਂਸਿਟੀਵਿਟੀ ਟੂ ਪੇਨ ਐਂਡ ਲਾਸ ਆਫ ਫੰਕਸ਼ਨ ਵਿਚ ਕੈਨ ਬੀ ਟ੍ਰੀਟਡ ਬਾਈ ਐਕੂਪੰਕਚਰ ਐਂਡ ਫੰਕਸ਼ਨਲ ਡ੍ਰਾਈ ਨੀਡਲਿੰਗ। ਹਰ ਇੱਕ ਇੰਜਰੀ ਤੁਹਾਨੂੰ ਤੇ ਤੁਹਾਡੇ ਮਸਲਸ ਨੂੰ ਵੀਕ ਕਰਦੀ ਹੈ, ਅਸੀਂ ਇੱਥੇ ਉਹਨਾਂ ਦੀ ਸਪੈਸਿਫਿਕ ਐਕਸਰਸਾਈਜ਼, ਸਟ੍ਰੈਚਿੰਗ ਤੇ ਸਟਿਮੂਲੇਸ਼ਨ ਕਰਕੇ ਉਹਨਾਂ ਨੂੰ ਠੀਕ ਕਰਦੇ ਹਾਂ। ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ ਤੇ ਇੱਕ ਵਾਰ ਸਾਡੇ ਕਲੀਨਿਕ ਤੇ ਜ਼ਰੂਰ ਆਓ। ਯੂ ਵਿਲ ਫੀਲ ਦ ਡਿਫਰੈਂਸ। ਕੀ ਹੋਇਆ, ਕਿਸ ਨਾਲ ਲੜਕੇ ਹੈਗੀਆਂ? ਤਾਂ ਤਨ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗੋਡ, ਮੈਂ ਤਾਂ ਦੁਖੀ ਹੋ ਚੁੱਕੀ ਆ। ਬਸ ਇੰਨੀ ਗੱਲ ਤੋਂ ਘਬਰਾ ਗਈ? ਆਹ ਇੰਨੀ ਕੀ ਗੱਲ? ਜਦੋਂ ਆਪਾਂ ਨਾ ਪ੍ਰਾਣ ਇਮੀਗ੍ਰੇਸ਼ਨ ਦੇ ਰਾਜਪਾਲ ਹੋਲਟਗਰ ਨੂੰ ਮਿਲੇ ਨਾ, ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057887744 12375 King George Highway, Surrey. Call 580-7755. Hey, remote.
AAA ਆਟੋ ਬਾਡੀ ਆਪਣੇ ਭਰਾਵਾਂ ਦੀ ਬਰਨਵੀ ਵਿੱਚ ਵਨ ਆਫ ਦ ਬਿਗੈਸਟ ICBC ਆਥੋਰਾਈਜ਼ਡ ਆਟੋ ਬਾਡੀ ਸ਼ਾਪ ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ ਅਤੇ ਬਿਨਾਂ ਸ਼ੱਕ ਹਾਈਟੈਕ ਕੰਪਿਊਟਰਾਈਜ਼ਡ ਪੇਂਟਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054 ਦੇ ਕੈਨ ਹੈਂਡਲ ICBC ਕਲੇਮ ਐਂਡ ਇੰਸਪੈਕਸ਼ਨ ਇੰਡੀਪੈਂਡੈਂਟਲੀ Prince Roofing, New Roofing, Re-Roofing ਅਤੇ Repair ਵਾਸਤੇ ਕਾਲ ਕਰੋ Prince Roofing, Cedar Shake, Ashper Shingle, Torchon ਅਤੇ Concrete Tile ਵਾਸਤੇ ਕਾਲ ਕਰੋ ਅਸੀਂ ਕਿਸੇ ਵੀ ਲਿਖਤੀ ਐਸਟੀਮੇਟ ਨੂੰ ਬੀਟ ਕਰਦੇ ਹਾਂ ਫ੍ਰੀ ਐਸਟੀਮੇਟ ਵਾਸਤੇ ਬਲਵੀਰ ਬੈਂਸ ਨੂੰ ਕਾਲ ਕਰੋ 604-825-2729 Prince Roofing